पंकज जी जे उस बिरती दे विच आके सोचिए ते गुरु रामदास जी दी दस्तार नूं भी हथ पै चुका, गुरु अर्जन देव साहब दी दस्तार नूं हथ पै चुका, गुरु कलगीधर साहब दी दस्तार नूं हथ पै चुका तख्त श्री केसगढ़ साहब। ते ए पापी संगत जी मैं जे गल इक कहनी चाहुंदा, छोटे साहबजादियां नूं शहीद करन वाले शाशल बेग ते बाशल बेग ਇਹ ਕੋਈ ਉਹਨਾਂ ਦਾ ਗੰਦਾ ਖੂਨ ਨਹੀਂ ਸੀਗਾ। ਇਹ ਜਿਹੜੀਆਂ ਦਸਤਾਰਾਂ ਲੱਥੀਆਂ ਨੇ ਹਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਦਸਤਾਰ ਲੱਥੀ ਹੈ ਇੱਥੇ। ਇਹ ਗੱਲ ਸੋਚਣ ਵਾਲੀ ਹੈ ਸੰਗਤ ਜੀ। ਹੁਣ ਸਾਨੇ ਉਸ ਪਾਪੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਰੁਮਾਲਾ ਸਾਹਿਬ ਦੀ ਬੇਅਦਬੀ ਕੀਤੀ ਹੈ, ਤੇ ਜੇ ਸੋਚੀਏ ਇੱਜ਼ਤ ਲਟਾਉਣ ਵਾਲੀ ਬੱਚੀ ਹੈ ਸਾਡੇ ਕੋਲ, ਸਾਡੀਆਂ ਪੱਗਾਂ ਬੱਜੀਆਂ ਕਸ ਕੰਮ ਰਹਿ ਗਈਆਂ। ਐਸੇ ਵਾਸਤੇ ਹੀ ਸਰਕਾਰਾਂ ਨੂੰ ਬੇਨਤੀਆਂ ਕਰ ਰਹੇ ਆ, ਉਹ ਕਿਉਂ ਸਾਡਾ ਅੰਤ ਲੈ ਰਹੇ ਹੋ, ਕਿਉਂ ਨਹੀਂ ਇਹਨਾਂ ਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ। ਕੱਲ ਵੀ ਆਪਾਂ ਸੰਗਤ ਦੇ ਵਿੱਚ ਜ਼ਿਆਦਾਤਰ ਮੈਂਬਰ ਆਪਾਂ ਉਹੀ ਹਾਂ ਜਿਹੜੇ ਪਰਸੋਂ ਵੀ ਇਕੱਠੇ ਹੋਏ ਸੀਗੇ, ਪਰਸੋਂ ਵੀ ਆਪਾਂ ਇਹੀ ਮੰਗ ਕੀਤੀ ਸੀ। ਅੱਜ ਦੇ ਹੁਣ ਧਰਨਾ ਲਾਇਆ ਵਾ ਤੇ ਧਰਨੇ ਦੀ ਮੰਗ ਇਹ ਰੱਖੀ ਹੈ ਵੀ ਉਹਦੇ ਚੋਂ ਕੱਢਿਆ ਕੀ ਜੇ ਦੋ ਦਿਨਾਂ ਦੇ ਵਿੱਚ। ਆਪਾਂ ਬੜੀ ਛੇਤੀ ਜਿਹੜਾ ਵਾ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦੇ ਵੀ ਉਹਦੀਆਂ ਅੱਖਾਂ ਸੁੱਜੀਆਂ ਸੀ, ਪਰ ਸੰਗਤ ਜੀ ਇੱਕ ਗੱਲ ਕਹਿਣੀ ਚਾਹੁੰਦਾ, ਆਪਣੇ ਪਾਲਤੂ ਕੁੱਤਾ ਵੀ ਰੱਖਿਆ ਹੋਇਆ ਨਾ, ਜੇ ਹਲਕਾਇਆ ਹੋ ਜੇ ਤੇ ਉਹਨੂੰ ਕੀ ਕਰੀਦਾ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੂੰ ਗੱਡੇ ਆਪਣੇ ਮਾਰ ਦਿੰਦੇ ਜੇ ਹੁਣ ਕੁਝ ਵੀ ਇੱਦਾਂ ਹੀ ਹੁੰਦਾ ਨਾ ਭੈਣਾ, ਗੱਡੀ ਚੜਾ ਦੇਣਾ ਚਾਹੀਦਾ। ਹਾਂਜੀ।